ਪਿਆਰਤਾ ਮੰਗੀਐ ਸਭ ਕਿਛ ਪੱਲੇ ਪਾਏ ਇੱਕੋ ਦਾਤਾ ਮੰਗੀਐ ਸਭ ਕਿਛ ਪੱਲੇ ਪਾਏ ਬੜੀ ਪਿਆਰੀ ਸਮੱਤ ਸਤਿਗੁਰ ਜੀ ਦੇ ਰਹੇ ਨੇ ਮਾਲ ਖਜ਼ਾਨਾ ਥੇ ਹੋ ਘਰ ਹਰ ਕੇ ਚਰਨ ਫਿਰ ਅਗਲੀ ਪੰਕਤੀ ਚ ਸਾਹਿਬ ਗਿਆਨ ਦੇ ਰਹੇ ਨੇ ਕਹਿੰਦੇ ਨਾਨਕ ਜਾਚਕ ਦਰ ਤੇਰੇ ਪ੍ਰਭ ਮੰਗੇ ਦਾਨ ਤੁਧ ਨੂੰ ਮੰਗੇ ਤੁਧ ਨੂੰ ਮਕਸਦ ਤਾਂ ਇਹੀ ਸੀ ਸਾਡਾ ਇਹ ਮਨੁੱਖਾ ਦੇਈ ਸਾਨੂੰ ਮਿਲੀ ਤੇ ਮਕਸਦ ਕੀ ਸੀ ਜਾਂ ਕੇ ਸੰਗ ਤੇ ਵਿਛੜਾ ਤਾਂ ਹੀ ਕੇ ਸੰਗ ਲਾਗ ਲਾਗ ਜਿਹਦੇ ਤੋਂ ਵਿਛੜੇ ਸੀ ਆਪਣੇ ਮੂਲ ਤੋਂ ਵਿਛੜੇ ਸੀ ਸਾਧ ਸੰਗਤ ਮਕਸਦ ਤਾਂ ਇਹੀ ਸੀ ਉਸ ਮੂਲ ਦੇ ਨਾਲ ਜੁੜ ਜਾਣ ਦੂਰੀਆਂ ਪੈ ਗਈਆਂ ਸਨ ਮਕਸਦ ਸੀ ਉਸ ਦੂਰੀਆਂ ਨੂੰ ਨੇੜਤਾ ਵਿੱਚ ਤਬਦੀਲ ਕਰ ਦਿੰਦੇ ਨੇੜਤਾ ਬਣਾ ਲਈ ਪਰ ਹਾਏ ਮੈਂ ਕੀ ਕਰਦਾ ਰਿਹਾ ਮੈਂ ਤਾਂ ਦੂਰੀਆਂ ਨੂੰ ਹੋਰ ਦੂਰੀਆਂ ਦੇ ਵਿੱਚ ਤਬਦੀਲ ਕਰ ਦਿੱਤਾ ਆਖੋ ਸਤਸਾਹ ਹੋਰ ਦੂਰੀਆਂ ਪਾ ਦਿੱਤੀਆਂ ਹੋਰ ਵਿੱਥ ਪਾ ਦਿੱਤੀ ਹੋਰ ਵਿੱਥ ਪਾ ਦਿੱਤੀ ਹੁਣ ਮੇਰਾ ਬਣੇਗਾ ਕੀ ਹੁਣ ਸੱਚੇ ਗੁਰੂ ਨੇ ਇੱਕ ਗਿਆਨ ਦਿੱਤਾ ਕਹਿੰਦੇ ਮਾਇਆਪਤੀ ਦੀ ਮਾਇਆ ਨੂੰ ਮੰਗਦਾ ਹੈ ਉਹਦੇ ਬਣਾਏ ਹੋਏ ਪਦਾਰਥਾਂ ਨੂੰ ਮੰਗਦਾ ਹੈ ਉਹ ਕਦੇ ਬੈਠਿਆ ਕਰ ਮਾਇਆਪਤੀ ਨੂੰ ਹੀ ਮੰਗਿਆ ਕਰ ਆਖੋ ਸਤਨਾਮ ਸਤਿ ਸ੍ਰੀ ਅਕਾਲ ਕਦੇ ਮਾਇਆਪਤੀ ਨੂੰ ਹੀ ਮੰਗ ਮਾਇਆਪਤੀ ਉਹ ਰੱਬ ਨੂੰ ਮੰਗ ਸਾਰੀ ਜ਼ਿੰਦਗੀ ਆ ਦੇ ਦੇ ਆ ਦੇ ਦੇ ਆ ਦੇ ਦੇ ਆ ਦੇ ਦੇ ਆ ਪੁੱਤਰ ਦੇ ਦੇ ਧੀ ਦੇ ਦੇ ਚੰਗਾ ਜਵਾਈ ਦੇ ਦੇ ਫਲਾਣਾ ਦੇ ਦੇ ਢੰਗਾਣਾ ਦੇ ਦੇ ਮਾਇਆ ਦੇ ਦੇ ਸ਼ੋਹਰਤ ਦੇ ਦੇ ਮਕਾਨ ਦੇ ਦੇ ਗੱਡੀ ਦੇ ਦੇ ਸਕੂਟਰ ਦੇ ਦੇ ਆ ਦੇ ਦੇ ਉਹ ਦੇ ਕਦੇ ਮਨ ਨੇ ਕਿਹਾ ਆਪਣਾ ਨਿਤਨੇਮ ਦੇ ਦੇ ਆਖੋ ਸਤਨਾਮ ਸਤਿ ਸ੍ਰੀ ਅਕਾਲ ਕਦੇ ਮਨ ਨੇ ਕਿਹਾ ਰੋ ਕੇ ਹੇ ਗਰੀਬ ਨਿਵਾਜ ਆਪਣਾ ਅੰਮ੍ਰਿਤ ਵੇਲਾ ਦੇ ਤੇ ਓਏ ਆਪਣੀਆਂ ਯਾਦਾਂ ਦੇ ਦੇ ਕੋਈ ਵਿਰਲਾ ਮੈਂ ਨਹੀਂ ਕਹਿੰਦਾ ਕੋਈ ਨਹੀਂ ਕੋਈ ਵਿਰਲਾ ਪਾਤਸ਼ਾਹ ਕਹਿੰਦੇ ਇੱਕੋ ਦਾਤਾ ਮੰਗੀਐ ਸਭ ਕਿਛ ਪੱਲੇ ਪਾਏ ਇੱਕੋ ਦਾਤਾ ਮੰਗੀ ਤੂੰ ਇਤਨੀਆਂ ਚੀਜ਼ਾਂ ਮੰਗੀ ਜਾਂਦਾ ਆ ਦੇ ਪੱਲੇ ਫਿਰ ਵੀ ਕੁਝ ਨਹੀਂ ਫਿਰ ਖਾਲੀ ਦੇ ਖਾਲੀ ਫਿਰ ਭੁੱਖੇ ਦੇ ਭੁੱਖੇ ਭਾਈ ਗੁਰਦਾਸ ਜੀ ਕਹਿੰਦੇ ਦਾਤਾ ਉਹ ਨਾ ਮੰਗੀ ਆ ਫਿਰ ਮੰਗਣ ਜਾਈਏ ਉਹ ਦਾਤਾ ਕਿਉਂ ਮੰਗਦਾ ਫਿਰ ਭੁੱਖਾ ਫਿਰ ਭੁੱਖਾ ਰਾਜ ਆਇਆ ਨਹੀਂ ਆਇਆ ਦਾਤਾ ਉਹ ਨਾ ਮੰਗੀ ਆ ਫਿਰ ਮੰਗਣ ਜਾਈਏ ਕਹਿੰਦੇ ਰੱਜ ਨਹੀਂ ਆਇਆ ਤੈਨੂੰ ਕਿੰਨੀਆਂ ਦਾਤਾਂ ਮੰਗਦੇ ਰਹੇ ਰੋਜ਼ ਮੰਗਦੇ ਰਹੇ ਇਸ ਗੁਰਦਰਬਾਰ ਚ ਖੜੇ ਹੋ ਕੇ ਆ ਦੇ ਦੇ ਉਹ ਪਰ ਪੱਲੇ ਫਿਰ ਵੀ ਕੁਝ ਨਹੀਂ ਪੱਲੇ ਫਿਰ ਵੀ ਕੁਝ ਨਹੀਂ ਵਿਆਹ ਨਹੀਂ ਹੋ ਰਿਹਾ ਸੀ ਪਹਿਲੇ ਜੋਦੜੀਆਂ ਵਿਆਹ ਹੋ ਜਾਏ ਵਿਆਹ ਹੋ ਜਾਏ ਵਿਆਹ ਤੋਂ ਬਾਅਦ ਨਿਆਣਾ ਨਹੀਂ ਹੋ ਰਿਹਾ ਹੁਣ ਜੋਦੜੀਆਂ ਨਿਆਣਾ ਹੋ ਜੇ ਨਿਆਣਾ ਹੋ ਜੇ ਹੁਣ ਨਿਆਣਾ ਹੋ ਗਿਆ ਸੱਚੇ ਪਾਤਸ਼ਾਹ ਦੇ ਭਵਿੱਖ ਦਾ ਹਾਂਜੀ ਹੁਣ ਬੱਚਾ ਜੇ ਗਲਤੀ ਦੇ ਨਾਲ ਕਿਧਰੇ ਸਾਧ ਸੰਗਤ ਅਧਰਮੀ ਨਿਕਲ ਆਇਆ ਮਾੜੀ ਬਿਰਤੀ ਦਾ ਨਿਕਲ ਆਇਆ ਫਿਰ ਉਹਨੂੰ ਸੁਧਾਰਨ ਦੀਆਂ ਮੰਗਾਂ
ਫਿਰ ਕਦੇ ਕਿਹੜੀਆਂ ਮੰਗਾਂ ਕਦੇ ਕਿਹੜੀਆਂ, ਲੱਗਿਆ ਹੀ ਰਹਿੰਦਾ ਕਦੇ ਕੁਝ ਪੱਲੇ ਪਿਆ। ਅੱਜ ਇਸ ਸਤਸੰਗ ਦੇ ਵਿੱਚ ਅੰਤਰੀਵ ਝਾਤੀ ਮਾਰਨੀ ਹੈ, ਕੁਝ ਪੱਲੇ, ਇੰਨਾ ਕੁਝ ਮੰਗਣ ਤੋਂ ਬਾਅਦ ਵੀ ਕੁਝ ਪੱਲੇ ਹੈ, ਜੇ ਪੱਲੇ ਹੁੰਦਾ ਤੇ ਮੰਗਣ ਦੀ ਲੋੜ ਕਿਉਂ ਸੀ, ਲੋੜ ਕੀ ਸੀ, ਪੱਲੇ ਨਹੀਂ ਹੈ ਤਾਂ ਹੀ ਤਾਂ ਫਿਰ ਮੰਗੀ ਜਾਂਦੇ ਹਾਂ। ਪਰ ਸਾਹਿਬ ਗਵਾਹੀ ਦੇ ਰਹੇ ਨੇ, ਕਹਿੰਦੇ ਸਭ ਕੁਛ ਪੱਲੇ ਪਾਏ, ਤੇਰੇ ਸਭ ਕੁਝ ਪੱਲੇ ਪੈ ਜਾਏਗਾ, ਇੱਕੋ ਦਾਤਾ ਮੰਗੀ ਹੈ ਆਪੋ ਸਤਨਾਮ। ਬਈ ਇੱਕ ਦਾਤਾ ਮੰਗ ਲੈ, ਇੱਕ ਦਾਤਾ ਮੰਗ ਲੈ, ਸਭ ਤੇਰੇ ਪੱਲੇ ਪੈ ਜਾਏਗਾ। ਇੱਕ ਰਾਜੇ ਨੇ ਐਲਾਨ ਕਰ ਦਿੱਤਾ ਆਪਣੀ ਰਿਆਇਆ ਦੇ ਵਿੱਚ, ਉਹਦਾ ਪਿਤਾ ਪੁਰਖੀ ਰਿਵਾਜ ਤੁਰਦਾ ਆ ਰਿਹਾ ਸੀ ਕਿ ਕੁਝ ਸਾਲਾਂ ਬਾਅਦ ਉਹ ਇੱਕ ਦਿਨ ਐਸਾ ਰੱਖਦਾ ਸੀ ਜਿਹਦੇ ਵਿੱਚ ਜੋ ਮਰਜ਼ੀ ਕੋਈ ਆ ਕੇ ਛੂ ਲਵੇ, ਜਿਹਨੇ ਜਿਹੜੀ ਚੀਜ਼ ਟੱਚ ਕਰ ਲਈ ਉਹ ਉਹਦੀ। ਹੁਣ ਉਹ ਦਿਹਾੜਾ ਆ ਗਿਆ, ਰਿਵਾਜ ਦੇ ਮੁਤਾਬਕ ਉਸ ਰਾਜੇ ਨੇ ਐਲਾਨ ਕਰ ਦਿੱਤਾ ਰਿਹਾ ਬਈ ਕੱਲ ਮਹਿਲਾਂ ਦੇ ਦਰਵਾਜ਼ੇ ਖੁੱਲਣਗੇ, ਜਿਹਨੇ ਜਿਹੜੀ ਚੀਜ਼ ਛੂ ਲਈ ਉਹ ਉਹਦੀ, ਜਿਹਨੂੰ ਜੋ ਚਾਹੀਦਾ ਉਹ ਬਸ ਛੂ ਲਵੇ, ਉਹ ਚੀਜ਼ ਉਹਦੀ ਹੋ, ਉਹ ਕਿਤਨੀ ਕੀਮਤੀ ਕਿਉਂ ਨਾ ਹੋ। ਸਾਰੀ ਰਾਤ ਲੋਕੀ ਮਹਿਲ ਦੇ ਬਾਹਰ ਤਾਤਾ ਬਾਤਾ ਲਾ ਕੇ ਖੜੇ ਨੇ, ਹੁਣ ਸੋਵੇ ਕੌਣ, ਸੋਵੇ ਕੌਣ, ਹਰੇਕ ਨੂੰ ਫਿਕਰ ਹੈ ਮੇਰੇ ਤੋਂ ਪਹਿਲੇ ਕਿਧਰੇ ਉਹ ਹੱਥ ਨਾ ਲਾ ਦੇਵੇ ਫਲਾਣੀ ਚੀਜ਼ ਨੂੰ। ਘੋੜਿਆਂ ਦੇ ਸ਼ੌਕੀਨ ਕਹਿੰਦੇ ਅਸੀਂ ਤਾਂ ਫਲਾਣਾ ਘੋੜਾ ਲਵਾਂਗੇ, ਹਾਥੀਆਂ ਦੇ ਸ਼ੌਕੀਨ ਅਸੀਂ ਉਹ ਹਾਥੀ ਲਵਾਂਗੇ, ਜਵਾਰਾਤ ਦੇ ਸ਼ੌਕੀਨ ਕਹਿੰਦੇ ਅਸੀਂ ਆਹ ਜਵਾਰਾਤ ਚੱਕਾਂਗੇ, ਹੀਰਿਆਂ ਦੇ ਸ਼ੌਕੀਨ ਕਹਿੰਦੇ ਅਸੀਂ ਆਹ ਹੀਰੇ ਚੱਕਾਂਗੇ। ਲਓ ਜੀ ਸਵੇਰ ਨੂੰ ਦਰਵਾਜ਼ਾ ਖੁੱਲਿਆ, ਇੱਕ ਦ੍ਰਿਸ਼ਟਾਂਤ ਹੈ ਸਮਝਾਉਣ ਵਾਸਤੇ, ਦਰਵਾਜ਼ਾ ਖੁੱਲਿਆ, ਹੁਣ ਹਰ ਕੋਈ ਭੱਜੋ ਦੋਹੀ ਦੇ ਵਿੱਚ ਪਿਆ ਹੋਇਆ, ਕਦੇ ਕੋਈ ਕਿਸ ਚੀਜ਼ ਨੂੰ ਹੱਥ ਲਾ ਰਿਹਾ ਬਈ ਇਹ ਮੇਰੀ ਹੋ, ਕੋਈ ਜਵਾਰਾਤ ਨੂੰ ਹੱਥ ਲਾ ਰਿਹਾ ਇਹ ਮੇਰੇ, ਕੋਈ ਸੋਨੇ ਨੂੰ ਇਹ ਮੇਰਾ, ਕੋਈ ਹੀਰੇ ਨੂੰ ਉਹ ਮੇਰਾ, ਕੋਈ ਘੋੜਿਆਂ ਨੂੰ ਇਹ ਮੇਰਾ, ਕੋਈ ਹਾਥੀਆਂ ਨੂੰ ਇਹ ਮੇਰਾ। ਇੱਕ ਛੋਟੀ ਜੀ ਬੱਚੀ ਉਹ ਰਾਜੇ ਵੱਲ ਤੁਰਦੀ ਆ ਰਹੀ ਹੈ ਤੇ ਰਾਜਾ ਵੇਖ ਰਿਹਾ, ਔਰ ਰਾਜਾ ਵੇਖ ਵੇਖ ਕੇ ਹੱਸੀ ਜਾ ਰਿਹਾ ਸਾਰਿਆਂ ਨੂੰ, ਬਈ ਕਮਾਲ ਕਰਤੀ। ਜਦੋਂ ਧਿਆਨ ਗਿਆ ਉਸ ਬੱਚੀ ਵੱਲ ਤੇ ਬੱਚੀ ਨਾ ਬੇਝਿਜਕ, ਕਿਸੇ ਝਿਜਕ ਤੋਂ ਬਿਨਾਂ ਉਹ ਤੁਰਦੀ ਆ ਰਹੀ ਹੈ ਰਾਜੇ ਵੱਲ, ਤੇ ਰਾਜਾ ਹੱਸ ਪਿਆ, ਸੋਚਣ ਲੱਗਾ ਕਹਿੰਦੇ ਸ਼ਾਇਦ ਇਸ ਬੱਚੀ ਨੂੰ ਸਮਝ ਨਹੀਂ ਆਈ ਕਿ ਕਰਦੇ ਕੀ ਫਿਰ। ਕਹਿੰਦੇ ਕੋਈ ਨੀ ਨੇੜੇ ਆ ਜਾਏ ਫਿਰ ਇਹਨੂੰ ਸਮਝਾਵਾਂਗੇ, ਬੇਟਾ ਜਿਹੜੀ ਮਰਜ਼ੀ ਚੀਜ਼ ਨੂੰ ਛੂ ਲੈ ਉਹ ਤੇਰੀ ਹੋ ਜਾਏਗੀ, ਜਾ ਭੱਜ ਜਲਦੀ ਦੌੜ ਕੇ ਛੂ ਲੈ। ਜਦੋਂ ਉਹ ਬੱਚੀ ਨੇੜੇ ਆਈ ਤੇ ਰਾਜਾ ਕਹਿਣ ਲੱਗਾ ਕਹਿੰਦੇ ਬੇਟਾ ਤੈਨੂੰ ਸਮਝ ਨਹੀਂ ਆਈ ਇਹ ਕੀ ਕਰਦੇ ਪਏ ਨੇ? ਕਹਿੰਦੇ ਆਈ ਸਮਝ ਬੇਟਾ, ਇਹ ਜਿਸ ਚੀਜ਼ ਨੂੰ ਛੂ ਲੈਣਗੇ ਉਹ ਉਹਦੀ। ਅੱਛਾ ਰਾਜਨ, ਦੋ ਕਦਮ ਪਏ ਸਨ ਭੱਜਦੀ ਆਈ ਤੇ ਰਾਜੇ ਨੂੰ ਜੱਫੇ ਚ ਲੈ ਲਿਆ ਖੋ ਸਤਨਾਮ। ਕਹਿੰਦੇ ਲੈ ਰਾਜਨ ਮੈਂ ਤੈਨੂੰ ਛੂ ਲਿਆ, ਮੈਂ ਤੈਨੂੰ ਛੂ ਲਿਆ, ਹੁਣ ਤੇਰੀ ਸ਼ਰਤ ਮੁਤਾਬਕ ਤੂੰ ਮੇਰਾ, ਤੂੰ ਮੇਰਾ। ਰਾਜਾ ਸਿੰਘਾਸਨ ਤੋਂ ਖੜਾ ਹੋ ਗਿਆ, ਕਹਿੰਦੇ ਕਮਾਲ ਹੋ ਗਈ, ਪਿਤਾ ਪੁਰਖੀ ਤੋਂ ਇਹ ਰੀਤ ਚੱਲਦੀ ਆ ਰਹੀ ਅੱਜ ਤੱਕ, ਇੰਨੀ ਵਿਦਵਤਾ, ਇੰਨੀ ਸਿਆਣਪ, ਇੰਨਾ ਰੋਸ਼ਨ ਦਿਮਾਗ ਕਿਸੇ ਦਾ ਨਹੀਂ ਨਿਕਲਿਆ। ਓਏ ਹੋਏ, ਜਦੋਂ ਉਹਨੇ ਰਾਜੇ ਨੂੰ ਛੂ ਲਿਆ, ਰਾਜੇ ਨੇ ਐਲਾਨ ਕੀਤਾ ਬਈ ਜਿਹੜਾ ਜਿਹੜਾ ਜਿਹੜੀ ਜਿਹੜੀ ਵਸਤੂ ਹੱਥ ਲਾ ਚੁੱਕਾ ਹੈ ਉਹ ਉਹਦੀ, ਹੁਣ ਇੱਧਰ ਸਾਈਡ ਤੇ ਆ ਜਾਏ। ਜਦੋਂ ਸਾਈਡ ਤੇ ਆ ਗਏ ਤੇ ਸਾਰਿਆਂ ਨੂੰ ਸੰਬੋਧਨ ਕਰਕੇ ਕਹਿਣ ਲੱਗਾ, ਕਹਿੰਦੇ ਵੇਖੋ ਤੁਹਾਨੂੰ ਹੀਰਿਆਂ ਨਾਲ ਪਿਆਰ,
ਕਿਸੇ ਨੂੰ ਜਵਾਹਰਾਤਾਂ ਨਾਲ ਪਿਆਰ, ਕਿਸੇ ਨੂੰ ਸੋਨੇ ਨਾਲ, ਕਿਸੇ ਨੂੰ ਸ਼ਰਫੀਆਂ ਨਾਲ, ਕਿਸੇ ਨੂੰ ਘੋੜੇ ਨਾਲ, ਕਿਸੇ ਨੂੰ ਹਾਥੀ ਨਾਲ, ਜਿਹਦੇ ਨਾਲ ਤੁਹਾਡਾ ਪਿਆਰ ਤੁਸੀਂ ਉਹਨੂੰ ਛੋਇਆ ਉਹ ਤੁਹਾਡੀ ਹੋ ਗਈ। ਕਹਿੰਦੇ ਆ ਇਸ ਬਿੱਟੀਆ ਵੱਲ ਵੇਖੋ, ਇਸ ਬੱਚੀ ਵੱਲ ਵੇਖੋ, ਓਏ ਇਹਨੂੰ ਹੋਰ ਕਿਸੇ ਨਾਲ ਨਹੀਂ, ਮੇਰੇ ਨਾਲ ਪਿਆਰ ਸੀ, ਇਹਨੇ ਮੈਨੂੰ ਛੂ ਲਿਆ, ਕੋ ਸਤਨਾਮ। ਅੱਜ ਤੋਂ ਬਾਅਦ ਮੈਂ ਇਹਦਾ ਤੇ ਅੱਜ ਤੋਂ ਬਾਅਦ ਮੈਂ ਡਿਕਲੇਅਰ ਕਰਦਾ ਵਾਂ, ਇਹ ਘੋਸ਼ਣਾ ਕਰਦਾ, ਜੇ ਮੈਂ ਇਹਦਾ ਹੋ ਗਿਆ ਤੇ ਇਹ ਮੇਰੀ ਹੋ ਗਈ, ਆਖੋ ਸਤਨਾਮ। ਇਹ ਮੇਰੀ ਧੀ ਸ੍ਰੀ ਅਕਾਲ, ਇਹ ਮੇਰੀ ਧੀ। ਤੁਸੀਂ ਇੱਕ ਚੀਜ਼ ਨੂੰ ਹੱਥ ਲਾਇਆ ਉਹ ਇੱਕ ਚੀਜ਼ ਤੁਹਾਡੀ, ਇਹਨੇ ਮੈਨੂੰ ਹੱਥ ਲਾਇਆ ਇਹ ਸਭ ਕੁਝ, ਹੁਣ ਇਹਦਾ ਆਖੋ ਸਤਨਾਮ। ਇਹ ਸਭ ਕੁਝ, ਸਭ ਕੁਛ ਪੱਲੇ ਪਾਏ, ਇੱਕੋ ਦਾਤਾ ਮੰਗੀ ਹੈ, ਉਹਨੇ ਇੱਕੋ ਦਾਤੇ ਨੂੰ ਮੰਗ ਲਿਆ, ਸਭ ਕੁਝ ਉਹਦੇ ਪੱਲੇ ਪੈ ਗਿਆ, ਸਭ ਕੁਝ ਪੱਲੇ ਪੈ ਗਿਆ। ਜਿਵੇਂ ਇਹ ਮੌਕਾ ਰਾਜੇ ਨੇ ਸਭ ਨੂੰ ਦਿੱਤਾ, ਪਰ ਸਾਰੇ ਸਾਧ ਸੰਗਤ ਮੂਰਖ ਨਿਕਲੇ, ਮੂਰਖ ਨਾ ਸਮਝ ਨਿਕਲੇ, ਪਦਾਰਥਾਂ ਮਗਰ ਦੌੜ ਕੇ ਉਹ ਕੀਮਤੀ ਬੋਲ, ਉਹ ਕੀਮਤੀ ਅਵਸਰ ਗਵਾ ਦਿੱਤਾ। ਹੁਣ ਅਵਸਰ ਨਹੀਂ ਮਿਲਣਾ, ਅਵਸਰ ਇੱਕੋ ਵਾਰੀ ਮਿਲਿਆ ਸੀ। ਉਦਾਂ ਹੀ ਰੱਬ ਨੇ ਸਾਨੂੰ ਅਵਸਰ ਦਿੱਤਾ, ਰੋਜ਼ ਅਵਸਰ ਦਿੰਦੇ ਨੇ। ਰੋਜ਼ ਜਦੋਂ ਇੱਕ ਨਵਾਂ ਸੂਰਜ ਚੜ੍ਹਦਾ ਹੈ ਨਾ ਜ਼ਿੰਦਗੀ ਦਾ, ਰੋਜ਼ ਜਦੋਂ ਜ਼ਿੰਦਗੀ ਦਾ ਨਵਾਂ ਸੂਰਜ ਚੜ੍ਹਦਾ ਹੈ ਸਤਸੰਗ, ਰੋਜ਼ ਸਾਰਿਆਂ ਨੂੰ ਪਰਮ ਪਿਤਾ ਪਰਮੇਸ਼ਰ ਅਵਸਰ ਦਿੰਦੇ ਨੇ। ਅੱਜ ਕੀ ਮੰਗਣਾ ਤੁਸੀਂ, ਆਖੋ ਸਤਨਾਮ। ਪਰ ਅਸੀਂ ਮੂਰਖ ਉਹਦੀ ਬਣਾਈ ਹੋਈ ਦਾਤਾਂ ਨੂੰ ਤਾਂ ਮੰਗੀ ਜਾਂਦੇ ਹਾਂ, ਆਹ ਦੇ ਦੇ, ਆਹ ਦੇ ਦੇ, ਆਹ ਦੇ ਦੇ, ਆਹ ਦੇ ਦੇ, ਉਹਨੂੰ ਕੋਈ ਵੀ ਨਹੀਂ ਮੰਗਦਾ। ਤੇ ਸਤਿਗੁਰ ਜੀ ਇਹੀ ਚੇਤਾ ਕਰਾ ਰਹੇ ਨੇ, ਰੋਜ਼ ਤੈਨੂੰ ਅਵਸਰ ਰੱਬ ਦੇ ਰਿਹਾ ਹੈ, ਰੋਜ਼। ਉਹ ਬੋਲਿਆ ਪਦਾਰਥਾਂ ਵੱਲ ਦੌੜਨਾ ਹੈ, ਮਾਇਆਪਤੀ ਵੱਲ ਕਿਧਰੇ ਦੌੜ ਲਾ ਲੈ। ਤੇ ਪਾਤਸ਼ਾਹ ਕਹਿੰਦੇ ਆ ਮੈਂ ਤੈਨੂੰ ਗਰੰਟੀ ਦਿੰਦਾ, ਸਭ ਕੁਛ ਪੱਲੇ ਪਾਏ, ਸਭ ਕੁਛ ਪੱਲੇ ਪਾਏ, ਹਾਂਜੀ ਸਭ ਕੁਛ ਪੱਲੇ ਪਾਏ, ਵਾਹਿਗੁਰੂ 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 ਸਭ ਕੁਛ ਪੱਲੇ ਪਾਏ, ਇੱਕੋ ਦਾਤਾ ਮੰਗੀਏ, ਸਭ ਕੁਛ ਪੱਲੇ ਪਾਏ, ਪ੍ਰਭ ਤੁਧ ਨੂੰ ਮੰਗੇ ਦਾਨ, 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 ਓ ਪ੍ਰਭ ਤੁਧ ਨੂੰ ਮੰਗ ਦਾਨ, ਪ੍ਰਭ ਤੁਧ ਨੂੰ
ਮੰਗੈ ਦਾਤ ਪ੍ਰਭ ਤੁਧ ਨੂੰ ਮੰਗੈ ਦਾਤ ਪ੍ਰਭ ਤੁਧ ਨੂੰ ਮੰਗੈ ਦਾਤ ਵਾਹਿਗੁਰੂ ਜੀ 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 ਪ੍ਰਭ ਤੁਧ ਨੂੰ ਮੰਗੈ ਦਾਨ 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 ਓ ਪ੍ਰਭ ਤੁਧ ਨੂੰ ਮੰਗੈ ਦਾਨ 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 ਜਨ ਨਾਨਕ ਮੰਗੈ ਦਾਨ ਇੱਕ 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 ਮਨ ਪਿਆਰ ਦਿਓ ਤਰਸ ਮਨ ਪਿਆਰ ਹਾਂਜੀ ਦਿਓ ਤਰਸ ਮਨ ਪਿਆਰ 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 ਪਿਆਰ ਵਾਹਿਗੁਰੂ ਦਿਓ ਦਰਸ ਮਨ ਪਿਆਰ ਦਿਓ ਦਰਸ ਮਨ ਪਿਆਰ ਦਿਓ ਦਰਸ ਮਨ ਪਿਆਰ ਦਿਓ ਦਰਸ ਮਨ ਪਿਆਰ ਕਦੇ ਮੰਗ ਲਿਆ ਕਰੀ ਠੀਕ ਹੈ ਜੀਵਨ ਬਸਰ ਵਾਸਤੇ ਸਤਸੰਗਤ ਪਦਾਰਥਾਂ ਦੀ ਲੋੜ ਹੈ ਮਾਇਆ ਦੀ ਲੋੜ ਹੈ ਪਰ ਕਿਤੇ ਤਾਂ ਰੱਜ ਕਰੀਏ ਕਿਤੇ ਤਾਂ ਰੱਜ ਕਰੀਏ ਇੱਕ ਚੀਜ਼ ਨਹੀਂ ਸਮਝ ਲੱਗਦੀ ਸੱਸ ਇੰਨੀ ਹਵਸ ਹੈ ਇਸ ਬੰਦੇ ਨੂੰ ਇੰਨੀ ਹਵਸ ਹੈ ਮੇਰੇ ਪੁੱਤਰ ਲਈ ਮੇਰੇ ਪੋਤਰੇ ਲਈ ਅੱਗੋਂ ਉਹਦੇ ਲਈ ਅੱਗੋਂ ਉਹਦੇ ਲਈ ਛੋਟਾ ਜਿਹਾ ਸਵਾਲ ਸਤਿਗੁਰੂ ਜੀ ਸਾਡੇ ਤੇ ਕਰਦੇ ਨੇ ਜੇ ਜਵਾਬ ਹੈ ਤੇ ਸਤਿਗੁਰੂ ਜੀ ਨੂੰ ਦੇਣਾ ਜਦੋਂ ਸਾਡੀ ਅੱਖ ਬੰਦ ਹੋ ਗਈ ਸਾਡੀ ਅੱਖ ਬੰਦ ਹੋ ਗਈ ਦੁਨੀਆਂ ਤੋਂ ਕੂਚ ਕਰ ਗਏ ਹੁਣ ਪਿੱਛੇ ਸਤਸੰਗ ਸਾਡਾ ਕੀ ਰਹਿ ਗਿਆ ਕੁਝ ਰਹਿ ਗਿਆ ਸਾਡਾ ਕੀ ਰਹਿ ਗਿਆ ਨਾਤੇ ਖਤਮ ਮੈਂ ਤਾਂ ਇੱਥੇ ਤੱਕ ਦੇਖਿਆ ਬੰਦਾ ਪਿੱਛੋਂ ਸਾਲ ਹੀ ਯਾਦ ਕਰਦਾ ਦੋ ਸਾਲ ਤਿੰਨ ਸਾਲ ਚਾਰ ਸਾਲ ਮੁੜ ਕੇ ਪੁੱਤਰ ਵੀ ਭੁੱਲ ਗਏ ਅੱਗੋਂ ਕੀ ਪੋਤਰਿਆਂ ਨੇ ਯਾਦ ਰੱਖਣਾ ਤਾਤੇ ਨੂੰ ਜਿਹਦੀ ਪਰਵਾਹ ਪਿੱਛੇ ਤੂੰ ਆਪਣੀ ਜ਼ਿੰਦਗੀ ਗਾਲਤੀ ਐਡੀ ਕੀਮਤੀ ਜ਼ਿੰਦਗੀ ਗਾਲਤੀ ਖਤਮ ਕਰਤੀ ਵਿਅਰਥ ਲੰਘਾਤੀ ਉਸ ਪੋਤਰੇ ਪਿੱਛੇ ਉਹ ਅੱਜ ਤੈਨੂੰ ਚੇਤੇ ਹੀ ਨਹੀਂ ਕਰ ਰਿਹਾ ਕੀ ਵਜੂਦ ਰਿਹਾ ਤੇਰਾ ਭਾਈ ਕੀ ਵਜੂਦ ਹੈ ਤੇਰਾ ਫਿਰ ਜੇ ਯਾਦ ਕਰ ਵੀ ਲਵੇ ਤੇ ਤੈਨੂੰ ਲਾਭ ਕੀ ਹੈ ਇਹ ਦੱਸ ਦੇ ਬਸ ਜਿਸ ਦਿਨ ਅੱਖ ਖਤਮ ਹੋਈ ਇਹ ਜਿਤਨਾ ਕੁਝ ਸਾਡਾ ਨਜ਼ਰ ਆ ਰਿਹਾ ਨਾ ਇੱਕ ਛਿੰਨ ਦੇ ਵਿੱਚ ਪਰਾਇਆ ਹੋ ਜਾਣਾ ਇੱਕ ਛਿੰਨ ਚ ਪਰਾਇਆ ਤੇ ਇਹਦੇ ਵਾਸਤੇ ਸਾਰੀ ਜ਼ਿੰਦਗੀ ਗਾਲਦੇ ਪਏ ਇਹਦੇ ਵਾਸਤੇ
ਬਹੁਤ ਤੋਂ ਬਹੁਤ ਆਪਣੇ ਤੱਕ ਸੀਮਿਤ ਰਹੋ। ਪੁੱਤਰ ਲਾਇਕ ਹੋਇਆ ਕੱਖ ਨਹੀਂ ਛੱਡੋਗੇ ਉਹਨੇ ਫਿਰ ਵੀ ਮਹਿਲ ਖੜੇ ਕਰ ਦੇਣੇ। ਪੁੱਤਰ ਨਲਾਇਕ ਹੋਇਆ ਕਰੋੜਾਂ ਛੱਡ ਜਾਓਗੇ ਗਰਕ ਕਰ ਦੇਗਾ ਕੋ ਸਤਨਾਮ ਵਾਹਿਗੁਰੂ। ਇਨਸਾਨ ਪਾਗਲ ਹੀ ਹੋਇਆ ਨਾ, ਫਿਰ ਪਾਗਲ ਹੀ ਹੈ। ਐਡੀ ਕੀਮਤੀ ਬਰੀਆ ਮਿਲੀ ਤੇ ਉਹਨੂੰ ਗਾਲੀ ਜਾਂਦਾ। ਕਿਤੇ ਤਾਂ ਬਸ ਕਰ, ਕਿਤੇ ਤਾਂ ਬਸ ਕਰ। ਬੈਂਕ ਭਰੇ ਨੇ, ਲੋੜ ਨਾਲੋਂ ਵੱਧ ਨਿਰੰਕਾਰ ਨੇ ਦਿੱਤਾ, ਉਹ ਕਿਤੇ ਨਾ ਰੱਜ ਕਰ, ਹੁਣ ਤਾਂ ਅਗਲੀ ਪੌੜੀ ਚੜ, ਹੁਣ ਤਾਂ ਆ ਚੀਜ਼ਾਂ ਮੰਗ, ਦਿਓ ਦਰਸ ਮਨ ਪਿਆ, ਹੁਣ ਤਾਂ ਚੀਜ਼ਾਂ ਮੰਗ। ਨਹੀਂ ਹਲੇ ਹੋਰ, ਹਲੇ ਮਕਾਨ ਮਿਲ ਗਿਆ ਛੋਟਾ ਹੈ ਵੱਡਾ ਕਰ ਲਾ, ਗੱਡੀ ਮਿਲ ਗਈ ਛੋਟੀ ਵੱਡੀ ਕਰ ਲਾ। ਨਹੀਂ ਰਾਜਾ ਆਉਂਦਾ, ਸਤਿਗੁਰੂ ਜੀ ਕਹਿੰਦੇ ਉਹ ਬੋਲਿਆ, ਜੇ ਜੀਵਨ ਦੀ ਬਾਜੀ ਜਿੱਤ ਕੇ ਜਾਣਾ ਚਾਹੁੰਦਾ ਇਸ ਮੰਗ ਦੇ ਵਿੱਚ ਆਪਣੀ ਸੂਈ ਅੜਾ ਦੇ, ਇਸ ਮੰਗ ਦੇ ਸੂਈ ਅੜਾ ਦੇ, ਰੋਜ਼ ਅੰਮ੍ਰਿਤ ਵੇਲੇ ਬਹਿ ਕੇ ਮੰਗ, ਦੇਹੋ ਦਰਸ ਮਨ ਪਿਆਰ ਪਿਆਰ। ਸਤਿ ਸ੍ਰੀ ਅਕਾਲ। ਦੇਹੋ ਦਰਸ ਮਨ ਪਿਆਰ ਮਨ। ਇੱਕ ਤਾਂ ਮੈਨੂੰ ਦਰਸ਼ਨ ਦੇ, ਇੱਕ ਮੇਰੇ ਅੰਦਰ ਪਿਆਰ ਪੈਦਾ ਕਰ। ਹਰ ਚੀਜ਼ ਨਾਲ ਮੈਂ ਪਿਆਰ ਪਾਇਆ ਸਾਈਆਂ, ਤੇਰੇ ਨਾਮ ਦੇ ਨਾਲ ਪਿਆਰ ਨਹੀਂ ਪਾਇਆ, ਨਹੀਂ ਪਾਇਆ। ਤੇਰੀ ਬੰਦਗੀ ਨਾਲ ਪ੍ਰੇਮ ਨਹੀਂ ਪਾਇਆ, ਪਿਆਰ ਨਹੀਂ ਪਾਇਆ। ਇੱਕ ਗੱਲ ਕਵਾਂ, ਕੋਈ ਬੰਦਾ ਅਗਰ ਪਿਆਰਾ ਲੱਗਦਾ ਨਾ, ਅਗਰ ਕੋਈ ਬੰਦਾ ਪਿਆਰਾ, ਉਹਦੀ ਹਰ ਸ਼ੈ ਪਿਆਰੀ ਲੱਗਦੀ ਹੈ। ਆਖੋ ਸਤਨਾਮ, ਮੈਂ ਸੱਚ ਕਹਿ ਦਿੰਦਾ, ਉਹਦਾ ਹੱਸਣਾ ਪਿਆਰਾ ਲੱਗੇਗਾ, ਉਹਦਾ ਬੋਲਣਾ ਪਿਆਰਾ ਲੱਗੇਗਾ, ਉਹਦੀ ਹਰ ਗੱਲ ਪਿਆਰੀ ਲੱਗੇਗੀ। ਔਰ ਅਗਰ ਕੋਈ ਦਿਲ ਨੂੰ ਪਿਆਰਾ ਨਹੀਂ ਲੱਗਦਾ ਨਾ ਸੱਸ, ਉਹਦੀ ਬੜੀ ਪਿਆਰੀ ਹੱਸੀ ਵੀ ਤੁਹਾਨੂੰ ਪਿਆਰੀ ਨਹੀਂ ਲੱਗੇਗੀ। ਆਖੋ ਸਤਨਾਮ, ਸੱਚਾਈ ਹੈ, ਸੱਚਾਈ ਹੈ ਸੱਸ। ਜਦੋਂ ਰੱਬ ਪਿਆਰਾ ਲੱਗ ਪਿਆ ਨਾ, ਉਹਦਾ ਨਾਮ ਤੁਹਾਨੂੰ ਇੰਨਾ ਪਿਆਰਾ ਲੱਗੇਗਾ, ਇੰਨਾ ਪਿਆਰਾ ਲੱਗੇਗਾ, ਤੁਹਾਨੂੰ ਛੱਡਣ ਦਾ ਮਨ ਹੀ ਨਹੀਂ ਕਰੇਗਾ ਉਹਦਾ ਨਾਮ। ਆਖੋ ਸਤਨਾਮ, ਸਤਿ ਸ੍ਰੀ ਅਕਾਲ। ਜੇ ਉਹ ਪਿਆਰਾ ਲੱਗ ਪਿਆ ਨਾ, ਉਹ ਜਿੱਥੇ ਬੈਠੋਗੇ ਆਪਣੇ ਪਿਆਰੇ ਦੀ ਹੀ ਗੱਲ ਕਰੋ, ਪਿਆਰੇ ਦੀ ਹੀ ਗੱਲ ਕਰੋ। ਗੱਲ ਹੀ ਪਿਆਰੇ ਦੀ ਹੋਏਗੀ, ਗੱਲ ਦੂਜੀ ਹੋਏਗੀ ਨਹੀਂ। ਆਖੋ ਸਤਨਾਮ। ਇੱਥੋਂ ਆਪਣੇ ਆਪ ਨੂੰ ਚੈੱਕ ਕਰਨਾ, ਜੇ ਅਸੀਂ ਬੈਠ ਕੇ ਪਿਆਰੇ ਦੀ ਯਾਦ ਚ ਨਹੀਂ ਜੁੜਦੇ, ਜੇ ਪਿਆਰੇ ਦੀ ਬਾਤਾਂ ਨਹੀਂ ਕਰਦੇ, ਤੇ ਸਾਨੂੰ ਹਾਲੇ ਉਹ ਪਿਆਰਾ ਨਹੀਂ ਲੱਗਦਾ। ਆਖੋ ਸਤਨਾਮ। ਇਹ ਚੈੱਕ ਕਰਿਆ, ਮੀਟਰ ਲਾਇਆ ਕਰੋ ਆਪਣੇ ਆਪ ਦੇ ਵਿੱਚ। ਮੈਂ ਵੀ ਮੀਟਰ ਲਾਵਾਂ, ਜਥਾ ਵੀ ਲਾਵੇ, ਤੁਸੀਂ ਵੀ ਲਾਓ ਸਾਧ ਸੰਗਤ, ਕਿਉਂਕਿ ਇਹ ਤਾਂ ਗੱਲ ਨਿਸ਼ਚਿਤ ਹੈ, ਇਹ ਤਾਂ ਗੱਲ ਪੱਕੀ ਹੈ। ਜਿਹੜਾ ਪਿਆਰਾ ਹੁੰਦਾ ਨਾ, ਉਹਦੀ ਹਰ ਗੱਲ ਪਿਆਰੀ ਲੱਗਦੀ ਤੇ ਹਰ ਥਾਂ ਤੇ ਉਸ ਪਿਆਰੇ ਦੀ ਬਾਤ ਚੱਲਦੀ ਹੈ। ਆਖੋ ਸਤਨਾਮ। ਦੇਹੋ ਦਰਸ ਮਨ ਪਿਆਰ ਮਨ ਪਿਆਰ। ਇਹ ਦੋ ਚੀਜ਼ਾਂ ਮੰਗੀ। ਬਾਬਾ ਨਾਨਕ ਜੀ ਕਹਿੰਦੇ ਨੇ, ਕਦੇ ਵਜਤ ਦੇ ਵਿੱਚ ਬੈਠੇ ਤੇ ਬਾਹਾਂ ਉਲਾਰ ਕੇ ਕਦੇ ਪਿਆਰੇ ਕੋਲੋਂ ਮੰਗ, ਉਹਦੇ ਦਰਸ਼ਨ ਤੇ ਉਹਦੇ ਪ੍ਰਤੀ ਪਿਆਰ। ਆਖੋ ਸਤਨਾਮ। ਮਾਇਆ ਪ੍ਰਤੀ ਪਿਆਰ ਹੈ, ਦਿਨ ਰਾਤ ਖੋਤਿਆਂ ਦੀ ਤਰ੍ਹਾਂ ਕੰਮ ਕਰਦੇ ਆ, ਮੈਨੂੰ ਬਖਸ਼ ਲੈਣਾ ਕਹਿਣਾ ਪੈ ਰਿਹਾ। ਰਿਸ਼ਤੇਦਾਰੀ ਨਾਲ ਪਿਆਰ ਹੈ, ਰੁੱਸ ਨਾ ਜਾਵੇ, ਰੁੱਸ ਨਾ ਜਾਵੇ। ਉਹਦੇ ਲਈ ਸਾਧ ਸੰਗਤ ਜੀ ਗੁਰੂ ਤੋਂ ਵੀ ਬੇਮੁੱਖ ਹੋ ਜਾਂਦੇ ਆ, ਹਰ ਉਹ ਕਰਮ ਕਰ ਦਿੰਦੇ ਆ, ਬਸ ਰੁੱਸ ਨਾ ਜਾਵੇ, ਨਾਰਾਜ਼ ਨਾ ਹੋ ਜਾਵੇ। ਕੋਈ ਨੀ, ਚਲੋ ਸ਼ਰਾਬਾਂ ਵੀ ਚੱਲਣ ਦਿਓ, ਮਾਸ ਵੀ ਚੱਲਣ, ਬਸ ਰੁੱਸ ਨਾ ਜਾਵੇ। ਧਿਆਨ ਦੇਣਾ, ਪਿਆਰ ਸੀ ਨਾ,
ਤੇ ਪਰਵਾਹ ਕੀਤੀ ਉਹਦੀ। ਜੇ ਵਾਹਿਗੁਰੂ ਜੀ ਵਾਸਤੇ ਪਿਆਰ ਹੋਏਗਾ ਤੇ ਵਾਹਿਗੁਰੂ ਦੀ ਵੀ ਪਰਵਾਹ ਕਰਾਂਗੇ। ਆਖੋ ਸਤਨਾਮ ਸਤ ਸ੍ਰੀ ਅਕਾਲ। ਦੇਹੋ ਤਰਸ ਮਨ ਪਿਆਰ, ਦੇਹੋ ਤਰਸ ਮਨ ਪਿਆਰ, ਦੇਹੋ ਤਰਸ ਮਨ ਪਿਆਰ, ਦੇਹੋ ਤਰਸ ਮਨ ਪਿਆਰ। ਵਾਹਿਗੁਰੂ 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 ਵਾਹਿਗੁਰੂ। ਪ੍ਰਭ ਤੁਧ ਨੂੰ ਮੰਗੈ ਦਾਨ, ਪ੍ਰਭ ਤੁਧ ਨੂੰ ਮੰਗੈ ਦਾਨ, ਤੁਧ ਨੂੰ ਮੰਗੈ ਦਾਨ, ਪ੍ਰਭ ਤੁਧ ਨੂੰ ਮੰਗੈ ਦਾਨ। ਓ ਪ੍ਰਭ ਤੁਧ ਨੂੰ ਮੰਗੈ ਦਾਨ, ਪ੍ਰਭ ਤੁਧ ਨੂੰ ਮੰਗੈ ਦਾਨ, ਪ੍ਰਭ ਤੁਧ ਨੂੰ ਮੰਗੈ ਦਾਨ, ਪ੍ਰਭ ਤੁਧ ਨੂੰ ਮੰਗੈ ਦਾਨ। ਨਾਨਕ ਜਾਚਕ ਕਰ ਤੇਰੇ, ਨਾਨਕ ਜਾਚਕ ਕਰ ਤੇਰੇ, ਨਾਨਕ ਜਾਚਕ ਕਰ ਤੇਰੇ, ਤੁਧ ਨੂੰ ਮੰਗੈ ਦਾਨ, ਪ੍ਰਭ ਤੁਧ ਨੂੰ ਮੰਗੈ।